ਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਕੋਸ਼ਿਸ਼ ਕਰ ਰਹੇ ਸੀਗੇ ਅਸੀਂ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਜਾਂ ਫਿਰ ਕਾਂਗਰਸ ਤੋਂ ਜਾਂ ਫਿਰ ਆਮ ਆਦਮੀ ਪਾਰਟੀ ਤੋਂ ਕਿਸੇ ਬੁਲਾਰੇ ਨੂੰ ਜੋੜਿਆ ਜਾਏ ਤੇ ਕੋਸ਼ਿਸ਼ ਕੀਤੀ, ਲੇਕਿਨ ਹਜੇ ਕੋਈ ਵੀ ਇਸ ਮੁੱਦੇ ਤੇ ਪੰਜਾਬ ਦਾ ਜਿਹੜਾ ਨੁਮਾਇੰਦਾ ਉਹ ਨਹੀਂ ਬੋਲਣਾ ਚਾਹੁੰਦਾ। ਐਂਡ ਆਈ ਥਿੰਕ ਪਾਰਟੀ ਹਾਈ ਕਮਾਨ ਤੋਂ ਉਹਨਾਂ ਨੂੰ ਆਪਣੀ ਫੈਸਲਾ ਲੈਣਾ ਪਏਗਾ ਕਿ ਆਪਣਾ ਉਹ ਕੀ ਸਟੈਂਡ ਦੇਣ, ਲੇਕਿਨ ਹਜੇ ਤੱਕ ਫੋਨ ਲਾਈਨ ਤੇ ਕੋਈ ਜੁੜਿਆ ਨਹੀਂ ਔਰ ਨਾ ਹੀ ਇਸ ਮੁੱਦੇ ਤੇ ਬੋਲਣਾ ਚਾਹੁੰਦਾ। ਵੀ ਹੈਵ ਟ੍ਰਾਈਡ ਕਾਂਗਰਸ, ਵੀ ਹੈਵ ਟ੍ਰਾਈਡ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਦਾ ਹੁਣ ਸਮਝ ਨਹੀਂ ਆਉਂਦਾ ਕਿ ਕੀ ਉਹਨਾਂ ਨੂੰ ਵਾਕਈ ਕੇਂਦਰ ਸਰਕਾਰ ਤੋਂ ਪ੍ਰੈਸ਼ਰ ਹੈਗਾ ਇਸ ਮੁੱਦੇ ਦੇ ਉੱਤੇ, ਇਸ ਲਈ ਉਹ ਹੁਣ ਸਾਹਮਣੇ ਨਹੀਂ ਆਉਣਾ ਚਾਹੁੰਦੀ ਔਰ ਆਮ ਆਦਮੀ ਪਾਰਟੀ ਆਪਣਾ ਸਟੈਂਡ ਕਲੀਅਰ ਕਰਨਾ ਨਹੀਂ ਚਾਹੁੰਦੀ ਕਿਉਂਕਿ ਵਿਧਾਨ ਸਭਾ ਚੋਣਾਂ ਉਹ ਵੀ ਹਰਿਆਣਾ ਦੇ ਵਿੱਚ ਲੜ ਰਹੀ ਹੈ। ਅਤੇ ਗੱਲ ਨੂੰ ਸਮਝੋ ਥੋੜ੍ਹਾ ਜਿਹਾ ਹੁਣ। ਅਤੇ ਉਸ ਤੋਂ ਬਾਅਦ ਕਾਂਗਰਸ ਤਾਂ ਸਟੈਂਡ ਕਲੀਅਰ ਕਰ ਹੀ ਨਹੀਂ ਰਹੀ ਆਪਣਾ ਸ਼ੁਰੂ ਤੋਂ, ਅਤੇ ਹੁਣ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿਸੇ ਨੂੰ ਤਾਂ ਵਾਰ ਚੱਕਣੀ ਪਏਗੀ ਪੰਜਾਬ ਦੇ ਵਿੱਚ, ਕਿਉਂਕਿ ਕੈਨਲ ਬਣਾਉਣ ਦਾ ਫਰਮਾਨ ਜਾਰੀ ਹੋ ਚੁੱਕਿਆ। ਫੈਸਲਾ ਲਗਭਗ ਜਿਹੜਾ ਉਹ ਹਰਿਆਣਾ ਦੇ ਹੁਣ ਹੱਕ ਦੇ ਵਿੱਚ ਹੋਰ ਵੀ ਜਾ ਸਕਦਾ। ਜਿਹੜੀ ਹੁਣ ਗੱਲ ਮਿਸਟਰ ਚੌਟਾਲਾ ਨੇ ਸਾਨੂੰ ਕਹੀ ਕਿ ਹੁਣ ਇੰਡੀਅਨ ਆਰਮੀ ਜਾਂ ਫਿਰ ਸੈਂਟਰਲ ਗੌਰਮੈਂਟ ਦੇ ਉੱਤੇ ਸੁਪਰੀਮ ਕੋਰਟ ਕਹਿ ਸਕਦੀ ਹੈ ਕਿ ਤੁਸੀਂ ਨਿਰਮਾਣ ਕਰੋ ਕੈਨਲ ਦਾ। ਮੈਨੂੰ ਕਾਲਸ ਆਉਣੀ ਸ਼ੁਰੂ ਹੋ ਚੁੱਕੀਆਂ, ਤੁਸੀਂ ਵੀ ਮੈਨੂੰ ਕਾਲ ਕਰ ਸਕਦੇ ਹੋ ਔਰ ਆਪਣੀ ਗੱਲ ਮੇਰੇ ਨਾਲ ਰੱਖ ਸਕਦੇ ਹੋ ਕਿ ਤੁਸੀਂ ਇਸ ਮੁੱਦੇ ਦੇ ਉੱਤੇ ਅੱਜ ਕੀ ਮੇਰੇ ਨਾਲ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਸਾਂਝੇ। ਪਹਿਲੀ ਕਾਲ ਅਸੀਂ ਲੈ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਮੈਂ ਸਿਮਰਨ ਬੋਲ ਰਿਹਾ ਸਥਾਨ। ਜੀ ਜੀ, ਕੀ ਕਹਿਣਾ ਚਾਹੋਗੇ? ਤੁਸੀਂ ਇੱਕ ਬਹੁਤ ਇੰਪੋਰਟੈਂਟ ਮੁੱਦਾ ਉਠਾਇਆ ਵਾਟਰ ਦਾ। ਜੀ ਆਪਾਂ ਹਲੇ ਵੀ 1960s ਦੀ ਜਿਹੜੀ ਆਪਣੇ ਲੀਡਰਸ ਦੀ ਗਲਤੀਆਂ ਉਹ ਡਿਸਕਸ ਕਰ ਰਹੇ ਹਾਂ। ਜੀ ਜੀ, ਪਰ ਅੱਜ ਤੱਕ ਪੰਜਾਬ 'ਚ ਵਾਟਰ ਦੀ ਯੂਟੀਲਾਈਜੇਸ਼ਨ ਦੀ ਕੋਈ ਅਵੇਅਰਨੈਸ ਨਹੀਂ ਹੈ। ਜੀ ਜੀ, ਜਿਹੜਾ ਜਿੰਨਾ ਆਪਣੇ ਕੋਲ ਵਾਟਰ, ਅਗਰ ਆਪਾਂ ਪਰ ਕੈਪੀਟਾ ਕੰਜ਼ਮਪਸ਼ਨ ਦੇਖੀਏ ਐਸ ਕੰਪੇਅਰ ਟੂ ਇੰਗਲੈਂਡ ਵਰਸਿਸ ਪੰਜਾਬ, ਦੇਰ ਇਜ਼ ਨੋਟ ਅ ਮੇਜਰ ਡਿਫਰੈਂਸ। ਬਟ ਜਸਟ ਬਿਕੋਜ਼ ਆਪਾਂ ਇੰਗਲੈਂਡ 'ਚ ਵੀ ਪੇ ਅ ਹਿਊਜ ਅਮਾਊਂਟ ਆਫ ਮਨੀ ਫੋਰ ਵਾਟਰ, ਵੀ ਕੰਜ਼ਰਵ ਇਟ, ਵੀ ਯੂਜ਼ ਇਟ ਜੁਡੀਸ਼ੀਅਸਲੀ। ਬਟ ਬੈਕ ਹੋਮ, ਕਿਉਂਕਿ ਫ੍ਰੀ 'ਚ ਪਾਣੀ ਆਉਂਦਾ, ਜਿਹਦਾ ਦਿਲ ਕਰਦਾ ਉਹ ਸਬਮਰਸੀਬਲ ਲਗਾ ਕੇ ਆਪਣੇ ਘਰ 'ਚ ਟੈਂਕੀ ਭਰ ਲੈਂਦਾ ਹੈ, ਕਿਸੇ ਨੂੰ ਅਵੇਅਰਨੈਸ ਨਹੀਂ ਹੈ। ਤੇ ਰਾਦਰ ਦੈਨ ਫਾਈਟਿੰਗ ਬਿਟਵੀਨ ਪੰਜਾਬ ਐਂਡ ਹਰਿਆਣਾ ਐਂਡ ਦਿੱਲੀ, ਵਾਟ ਇਜ਼ ਮੋਰ ਇੰਪੋਰਟੈਂਟ ਇਜ਼ ਕਿ ਆਪਾਂ ਇਸ ਗੱਲ ਦੀ ਅਵੇਅਰਨੈਸ ਵੀ ਲੋਕਾਂ ਨੂੰ ਦਈਏ ਕਿ ਜਿਹੜੀ ਵਾਟਰ ਦੀ ਯੂਟੀਲਾਈਜੇਸ਼ਨ ਹੈ, ਜੋ ਚੀਜ਼ ਆਪਣੇ ਹੱਥ ਵਿੱਚ ਹੈਗੀ ਹੈ, ਜੋ ਆਪਾਂ ਕਰ ਸਕਦੇ ਹਾਂ, ਉਹਦੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ। ਇਹ ਜਿਹੜੇ ਤੁਸੀਂ ਡਿਸਕਸ ਕਰ ਰਹੇ ਹੋ, ਇਹ 1965 ਦੀ ਗੱਲ ਹੈ। ਦੇਖੋ, ਵੀ ਆਰ ਨੋਟ ਇਵਨ ਬੋਰਨ ਦੈਨ, ਤੇ ਦਿਸ ਇਜ਼ ਨੋਟ ਗੋਇੰਗ ਟੂ ਹੈ, ਅਗਲੇ 20 ਸਾਲ 'ਚ ਵੀ ਐਵੇਂ ਹੀ ਰਹਿਣਾ ਹੈ। ਦ ਓਨਲੀ ਥਿੰਗ ਵੀ ਕੈਨ ਚੇਂਜ ਇਜ਼ ਪੀਪਲਸ ਅਵੇਅਰਨੈਸ ਆਫ ਯੂਟੀਲਾਈਜੇਸ਼ਨ ਆਫ ਵਾਟਰ। ਕਰੈਕਟ 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 ਕਰੈਕਟ, ਥੈਂਕ ਯੂ ਵੈਰੀ ਮੱਚ ਫੋਰ ਯੋਰ ਵੈਲਿਊਬਲ ਸੁਜੈਸ਼ਨ। ਐਂਡ ਜੀ, ਮੈਂ ਇਸ ਗੱਲ ਨਾਲ ਸਹਿਮਤ ਹੈਗਾ। ਜੇਕਰ ਮੈਂ ਹੁਣ ਪੰਜਾਬ ਦੇ ਵਿੱਚ ਚਲੇ ਜਾਵਾਂ, ਪਾਣੀ ਦਾ ਜਿਹੜਾ ਲੈਵਲ ਹੈ ਉਹਨੇ ਇੰਨੇ ਥੱਲੇ ਜਾ ਚੁੱਕਿਆ, ਇੰਨਾ ਥੱਲੇ ਜਾ ਚੁੱਕਿਆ ਕਿ ਹੁਣ ਤੁਹਾਨੂੰ ਬਹੁਤ ਥੱਲੇ ਜਾ ਕੇ ਪਾਣੀ ਲੱਭਦਾ ਔਰ ਕਦੀ ਕਵਾਰ ਨਹੀਂ ਵੀ ਲੱਭਦਾ। ਔਰ ਇਹ ਵੀ ਰਿਪੋਰਟ ਸਾਹਮਣੇ ਆਈ ਸੀਗੀ, ਅਸੀਂ ਮੁੱਦਾ ਵੀ ਲੈ ਕੇ ਆਏ ਸੀਗੇ ਕਿ 15 ਸਾਲ ਬਾਅਦ ਡਰਾਈ ਸਟੇਟ ਇਨ ਟਰਮਸ ਆਫ ਵਾਟਰ ਪੰਜਾਬ ਹੋ ਸਕਦਾ ਐਂਡ ਇਟ ਕੈਨ ਕਨਵਰਟ ਇਨ ਟੂ ਡੈਜ਼ਰਟ ਆਲਸੋ, ਰੇਗਿਸਤਾਨ ਦੇ ਵਿੱਚ ਵੀ ਤਬਦੀਲ ਹੋ ਸਕਦਾ ਹੈ। ਇਹ ਕਿਆਸ ਲਗਾਏ ਜਾ ਰਹੇ ਨੇ। ਪਹਿਲਾਂ ਤਾਂ ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਪਾਣੀ ਨਹੀਂ ਹੈ, ਜਿਹੜਾ ਪਾਣੀ ਹੈ ਉਹਨੂੰ ਵੀ ਤਾਂ ਬਚਾਉਣ ਦੀ ਲੋੜ ਹੈਗੀ ਆ। ਵਾਕਈ ਮੈਂ ਇਸ ਗੱਲ ਤੋਂ ਬਿਲਕੁਲ ਸਹਿਮਤ ਹਾਂ। ਜਿਸ ਕਾਲਰ ਨੇ ਸਾਨੂੰ ਇਹ ਕਾਲ ਕੀਤੀ ਸੀਗੀ, ਇਟਸ ਅ ਵੈਲਿਊਬਲ ਪੁਆਇੰਟ ਯੂ ਹੈਵ ਰੇਜ਼ਡ, ਥੈਂਕ ਯੂ ਸੋ ਮੱਚ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਹਰਜਿੰਦਰ ਸਿੰਘ ਪੈਰਸ ਬੋਲ ਰਿਹਾ ਜੀ। ਜੀ ਹਰਜਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੈਂ ਇਹ ਬੇਨਤੀ ਕਰਨੀ ਚਾਹੁੰਦਾ ਆ, ਜੀ ਜੋ ਕਿ ਪੰਜਾਬ ਦਾ ਹੈਗਾ, ਜੀ ਹਰਿਆਣੇ ਨੂੰ ਦਿੱਤਾ ਜਾਵੇ ਭਾਵੇਂ, ਲੇਕਿਨ ਦਿੱਤਾ ਮੁੱਲ ਜਾਵੇ ਜੀ ਜੀ, ਤਾਂ ਜੋ ਪੰਜਾਬ ਸਰਕਾਰ ਨੂੰ ਉਹਦਾ ਬੈਨੀਫਿਟ ਮਿਲ ਸਕੇ। ਜੀ 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 ਜੀ, ਕਿਉਂਕਿ ਆਪਾਂ ਕੋਈ ਵੀ ਚੀਜ਼ ਪੰਜਾਬ ਖਰੀਦਦੇ ਹਾਂ, ਪੈਸੇ ਦੇ ਖਰੀਦਦੇ ਹਾਂ ਨਾ ਜੀ, ਬਿਲਕੁਲ, ਕੋਲਾ ਖਰੀਦਦੇ, ਪੈਸੇ ਦੇ, ਪਾਣੀ ਦਿਓ ਤੇ ਵਾਧੂ ਅਗਰ ਦਿਓ, ਲੇਕਿਨ ਪਾਣੀ ਦਾ ਮੁੱਲ ਲਿਆ ਜਾਵੇ, ਤਾਂ ਜੋ ਸਾਡੇ ਕਿਸਾਨ ਭਰਾ ਜਿਹੜੇ ਖੁਦਕੁਸ਼ੀ ਕਰ ਰਹੇ ਉਹਨਾਂ ਨੂੰ ਫਾਇਦਾ ਹੋ ਸਕੇ। ਕਰੈਕਟ, ਰੈਵਨਿਊ ਜਿਹੜਾ ਪੰਜਾਬ ਦਾ ਵੱਧ ਸਕੇ ਔਰ ਸਟਰੋਂਗ ਹੋ ਸਕੇ, ਬਿਲਕੁਲ। ਹਾਂਜੀ, ਇਟ ਇਜ਼ ਆਲਸੋ ਵੈਲਿਡ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ, ਬਹੁਤ ਵੈਲਿਡ ਤੁਹਾਡਾ ਸੁਜੈਸ਼ਨ ਹੈਗਾ। ਲੱਗਦਾ ਕਿ ਸਰਕਾਰ ਨੂੰ ਇਸ ਦੇ ਉੱਤੇ ਵੀ ਵਿਚਾਰ ਕਰਨਾ ਚਾਹੀਦਾ ਔਰ ਜਿਸ ਟੇਬਲ ਦੇ ਉੱਤੇ ਬੈਠ ਕੇ ਗੱਲ ਕਰਨ ਦੀ ਤਜਵੀਜ਼ ਰੱਖੀ ਗਈ ਆ ਸੁਪਰੀਮ ਕੋਰਟ ਵੱਲੋਂ, ਸੁਪਰੀਮ ਕੋਰਟ ਕਹਿੰਦਾ ਕਿ ਟੇਬਲ ਦੇ ਉੱਤੇ ਤੁਸੀਂ ਬੈਠੋ, ਦੋਨੋਂ ਜਿਹੜੇ ਐਡਮਿਨਿਸਟ੍ਰੇਟਰਸ ਨੇ, ਜਿਹੜੇ ਇੰਟਲੈਕਚੁਅਲ ਵਰਕ ਹੈਗਾ, ਦੋਜ਼ ਹੂ ਕੈਨ ਮੇਕ ਅ ਗੁੱਡ ਡਿਸੀਜ਼ਨ,
फॉर द बैटरमेंट ऑफ पंजाब एंड फॉर द बैटरमेंट ऑफ हरियाणा, दे बोथ कैन सिट टूगैदर एंड दे कैन मेक अ गुड डिसीजन सो दैट जिहड़े पंजाब दे वसनीक ने और जिहड़े हरियाणा दे वसनीक ने दोनों नूं फायदा हो सके। ते लगातार सानूं कॉल्स आ रही हैं इस मुद्दे दे उत्ते, जानने दी कोशिश करदे हां कि की कहना चाहुंदे ने। हैलो सत श्री अकाल जी, तुसीं कौन बोल रहे हो, कित्थों बोल रहे हो? हैलो जी सत श्री अकाल जी, कौन बोल रहे हो, कित्थों बोल रहे हो? हाँ जी हरकीरत सिंह जी, गुरदेव सिंह भोगल, वाहगुरु जी का खालसा वाहगुरु जी की फतेह। वाहगुरु जी का खालसा वाहगुरु जी की फतेह। भोगल जी की कहना चाहोगे? बहुत कहना, देखो मैं अपने हरकीरत सिंह जी कहना कि यार रोज अखबारां पढ़ो ते नवीं जिन्ने मूँह उन्नियां गल्लां बयानबाजियां करी जांदे ने, ड्रामेबाजियां करी जांदे ने, हालांकि सारी दुनिया नूं पता पे इंटरनेशनल लॉ जिहड़ा रिपेरियन लॉ आ ना उहदे मुताबक पानी 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 जिस जिस स्टेट बिजली जांदा होवे उहदा हक हुंदा उहदे ते। जी जी इंटरनेशनल लॉ आ। हुण जिहड़े भाई साहब पहलां बोल के गए से चुटाला साहब, उह कहिंदे सी पानी दा साडा वी हक आ, इह तां जी पहाड़ां चों आउंदा, पर जिहड़ा इंटरनेशनल लॉ ते इहनां नूं छिके टंग देणा कि लॉ नूं मंनदे ही नहीं किसे नूं। करैक्ट करैक्ट जी, मैनूं तां इदां ही लगदा भई उत्थे आपां डेमोक्रेसी लोकतंत्र ते कही जांदे, पर लोकतंत्र है कित्थे? फॉर एग्जाम्पल ये जो रिपेरियन लॉ जो इंटरनेशनल लॉ वा, कोई भी पानी या नदी या दरिया या जिस स्टेट बिजली जाता वह हक वा, वो नाल दी स्टेट नूं देवे ते जी सदके देवे, मुल देवे चाहे फ्री देवे, पर लेकिन हक वह बनता पहला। जिवें ये पहला कह भाई साहब कह चुटाला साहब कह गए ना भी पहाड़ा चो पानी आता, तो पहाड़ा चो पानी तो पहाड़ा चा भी सारी जरा 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 जो कुछ तुहाडे कोल है, तुसीं पंजाब नहीं क्यों नहीं दिंदे फ्री? देखो 1947 तो पहला जरा पंजाब का पानी जाता ਸੀ ਤੇ ਉਹਦਾ ਉਹਨਾਂ ਨੂੰ ਮੁੱਲ ਮਿਲਦਾ ਸੀ, ਤੇ 47 ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜਿੰਨਾ ਪਾਣੀ ਅੱਜ ਤੱਕ ਮਹਾਰਾਸ਼ਟਰ ਨੂੰ ਗਿਆ ਇੱਕ ਇੱਕ ਕੌਡੀ ਨਹੀਂ ਕਿਸੇ ਨੇ ਮੋੜੀ ਪੰਜਾਬ ਨੂੰ। ਜੀ ਜੀ ਜਦੋਂ ਪੰਜਾਬ ਜਦੋਂ ਪੰਜਾਬ ਨੇ ਬਾਹਰੋਂ ਲੋਹਾ ਲੈਣਾ ਹੁੰਦਾ, ਕੋਲਾ ਲੈਣਾ ਹੁੰਦਾ ਜਾਂ ਹੋਰ ਰੋ ਮਟੀਰੀਅਲ ਜਿਹਨੂੰ ਕਹਿੰਦੇ ਆ ਲੈਣਾ ਲੈਣਾ ਹੁੰਦਾ ਤਾਂ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਨੇ, ਮੁੱਲ ਉਤਾਰਨਾ ਪੈਂਦਾ ਆ। ਤੇ ਜਦੋਂ 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 ਪੰਜਾਬ ਦੀ ਗੱਲ ਆਉਂਦੀ ਤਾਂ ਪੰਜਾਬ ਨੂੰ ਇਹ ਕਹਿੰਦੇ ਲੁੱਟ ਲਓ ਤੇ ਕੁੱਟ ਲਓ, ਪਾਣੀ ਵੀ ਲੈ ਲਓ, ਸਭ ਇਹਨਾਂ ਦੀਆਂ ਫਸਲਾਂ ਵੀ ਲੈ ਲਓ, ਸਭ ਕੁਛ ਲੈ ਲਓ। ਗਲਤੀ ਹੈ ਨਾ ਸਾਡੇ ਸਾਡੇ ਸਿਆਸਤਦਾਨਾਂ ਦੀ, ਬਹੁਤ ਵੱਡੀ ਗਲਤੀ ਹੈ ਗੁਰਦੇਵ ਸਿੰਘ ਭੋਗਲ ਜੀ, ਇਹਨਾਂ ਨੂੰ ਆਪਣਾ ਸਟੈਂਡ ਇਹਨਾਂ ਨੇ ਕਲੀਅਰ ਹੀ ਨਹੀਂ ਕਰਦੇ ਵੋਟਾਂ ਦੇ ਸਮੇਂ, ਵੋਟਾਂ ਦੇ ਸਮੇਂ। ਕਹਿਣ ਲੱਗਾ ਨਾ ਮੈਂ ਉੱਥੇ ਵੀ ਆਉਣ ਲੱਗਾ ਆਪਣੇ ਹਰਕੀਰ ਸਿੰਘ, ਮੈਂ ਉੱਥੇ ਵੀ ਆਉਣ ਲੱਗਾ ਕਿ ਲਓ ਮੈਂ 2-4 ਲਾਈਨਾਂ 'ਚ ਆਪਣਾ ਮੈਸੇਜ ਦੇਣਾ ਚਾਹੁੰਦਾ ਹੁਣ। ਜੀ 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 ਲਿਖਿਆ ਬਈ ਪੇਟ ਪ੍ਰਸਤੀ ਤੇ ਖੁਦ ਗਰਜ਼ੀ ਨੇ ਬੇੜਾ ਡੋਬ ਛੱਡਿਆ। ਜੀ ਜੀ ਪੇਟ ਪ੍ਰਸਤੀ ਤੇ ਖੁਦ ਗਰਜ਼ੀ ਨੇ ਬੇੜਾ ਡੋਬ ਛੱਡਿਆ, ਲੋਕ ਭਲਾਈ ਦਾ ਪੜਿਆ ਨਾ ਪਾਠ ਕੋਈ, ਓਏ ਰਲ ਕਾਮਾਂ ਨਾਲ ਕਾਮਾਂ ਰੌਲੀ ਪਾਈ ਜਾਂਦੇ, ਸੋਨ ਚਿੜੀ ਬਚਾਉਣ ਦਾ ਪੜਿਆ ਨਾ ਪਾਠ ਕੋਈ। ਜੀ 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 ਬਈ ਮਨ ਉੱਚਾ ਹੋਣ ਕਰਕੇ ਮਨ ਮਤੀਆਂ ਕਰੀ ਜਾਂਦੇ ਹੰਕਾਰ ਕਰਕੇ, ਜੀ ਖੁਦਗਰਜ਼ੀ ਕਰਕੇ, ਮਨ ਉੱਚਾ ਹੋਣ ਕਰਕੇ ਮਨ ਮਤੀਆਂ ਕਰੀ ਜਾਂਦੇ, ਆਪਣੀ ਮਤ ਉੱਚੀ ਕਰਨ ਦਾ ਪੜਿਆ ਨਾ ਪਾਠ ਕੋਈ, ਓਏ ਪੰਥ ਨਾਲ ਟਕਰਾਉਣ ਤੇ ਫਖਰ ਕਰਦੇ, ਖੁਦ ਪੰਥ ਕਹਾਉਣ ਦਾ ਪੜਿਆ ਨਾ ਪਾਠ ਕੋਈ। ਜੀ 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 ਬਈ ਮਹਾਂ ਦੋ ਲਾਈਨਾਂ ਨੇ ਹਰਕੀਰ ਸਿੰਘ, ਬਈ ਮਹਾਂ ਅਮੀਰਾਂ ਨਾਲ ਆਂਦਨ ਪੈਣ ਜੱਫੀਆਂ। ਜੀ ਜੀ ਹੁਣ ਕਿਹਨੂੰ ਨੀ ਪਤਾ ਬਈ ਚੁਟਾਲਾ ਸਾਹਿਬ ਨਾਲ ਬਾਦਲ ਸਾਹਿਬ ਦੀ ਦੋਸਤੀ ਕਿੰਨੀ ਕੁ ਦੋਸਤੀ ਆ ਕਿੰਨੀ ਕੁ ਨਹੀਂ, ਸਾਰਿਆਂ ਦੁਨੀਆਂ ਨੂੰ ਪਤਾ। ਜੀ 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 ਮਹਾਂ ਅਮੀਰ ਕਿਹੋ ਡਿਟੇਲ 'ਚ ਨਾ ਜਾਵਾਂ, ਮਹਾਂ ਅਮੀਰਾਂ ਨਾਲ ਆਂਦਨ ਪੈਣ ਜੱਫੀਆਂ, ਦੁਖੀ ਦਲਗੀਰਾਂ ਗਲੇ ਲਗਾਉਣ ਦਾ ਪੜਿਆ ਨਾ ਪਾਠ ਕੋਈ, ਓਏ ਖੁਦ ਗਰਜੀ ਨੇ ਰਹਿ ਨਾ ਭੋਗਲ ਕੱਖ ਦਿੱਤਾ, ਪੰਥ ਵਸੇ ਮੈਂ ਉਜੜਾਂ ਦਾ ਪੜਿਆ ਨਾ ਪਾਠ ਕੋਈ, ਓਏ ਖੁਦ ਗਰਜੀ ਨੇ ਰਹਿ ਨਾ ਭੋਗਲ ਕੱਖ ਦਿੱਤਾ, ਪੰਥ ਵਸੇ ਮੈਂ ਉਜੜਾਂ ਦਾ ਪੜਿਆ ਨਾ ਪਾਠ ਕੋਈ। ਹਰਕੀਰ ਸਿੰਘ ਇਹਨਾਂ ਨੇ ਪੰਥ ਵਸੇ ਮੈਂ ਉਜੜਾਂ ਦਾ ਪੜਿਆ ਨਾ ਪਾਠ ਕੋਈ। ਕਿਆ ਬਾਤ ਹੈ ਜੀ ਭੋਗਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣਾ ਲਿਖਿਆ ਔਰ ਸਾਨੂੰ ਡੇਲੀ ਤੁਸੀਂ ਹਰ ਮੁੱਦੇ ਦੇ ਵਿੱਚ ਆਪਣੀ ਕਲਮ ਦੇ ਰਾਹੀਂ ਸਾਨੂੰ ਮੋਟੀਵੇਟ ਕਰਦੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲਸ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ ਸਰ, ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਬਰਮਿੰਘਮ ਤੋਂ ਬੋਲਦਾ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਪਾਣੀ ਦਾ ਮਸਲਾ ਜੀ ਰਫੜ ਪਿਆ ਆ, ਉਹ ਕਹਿੰਦੇ ਸਾਡਾ ਪਾਣੀ ਹਰਿਆਣੇ ਵਾਲੇ ਕਹਿੰਦੇ ਸਾਡੇ ਕੋਲ ਪਾਣੀ ਇੱਕ ਬੂੰਦ ਵੀ ਵਾਧੂ ਹੈ ਨੀ ਪੰਜਾਬ ਕੋਲ ਇਸ ਵੇਲੇ। ਜੀ ਜੀ ਹਾਂ, ਅਸੀਂ ਆਪਣੀ ਧਰਤੀ ਪਹਿਲਾਂ ਰੀਚਾਰਜ ਕਰਨੀ ਆ ਫੁੱਲ ਪਾਣੀ ਨਾਲ। ਕਰੈਕਟ, ਅਸੀਂ ਪਹਿਲਾਂ ਆਪਣਾ ਧਰਤੀ ਦੇ ਥੱਲੇ ਜਿਹੜਾ ਪਾਣੀ ਸਾਡਾ ਮੁੱਕਿਆ ਆ ਉਹਨੂੰ ਅਸੀਂ ਫੁੱਲ ਕਰਨਾ, ਉਹ ਤੋਂ ਬਾਅਦ ਅਸੀਂ ਦੇਖਾਂਗੇ ਵੀ ਸਾਡੇ ਕੋਲ ਕਿਸੇ ਲਈ ਪਾਣੀ ਹੈਗਾ ਜਾਂ ਕਿ ਨਹੀਂ। ਜੀ 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 ਪਹਿਲਾਂ ਅਸੀਂ ਆਪਣਾ ਮਸਲਾ ਹੱਲ ਕਰਨਾ, ਅਸੀਂ ਕਿਸੇ ਦਾ ਨੀ ਦੇਖਣਾ, ਹਰਿਆਣੇ ਨੂੰ ਕਹਿਣ ਕੇ ਅਸੀਂ ਬਾਹਰ ਜਾ ਪੰਜਾਬ ਤੋਂ। ਜੀ 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 ਹੁਣ ਇਹ ਪਾਣੀ ਮੰਗਦੇ ਆ, ਰਾਜਸਥਾਨ ਤੋਂ ਪੱਥਰ ਮੋਲ ਦੇਣ ਡਿਆ, ਪਾਣੀ ਅਸੀਂ ਮੁੱਕ ਦੇਣ ਡਿਆ, ਸਾਰੀ ਦੁਨੀਆਂ ਨੂੰ ਪਤਾ।
ਜੀ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਪਾਣੀ ਆਪਣੀ ਧਰਤੀ ਵਿੱਚ ਪਾਉਣਾ ਰੱਜ ਕੇ ਜੀ ਜੀ ਉਹ ਤੋਂ ਬਾਅਦ ਅਸੀਂ ਪਾਣੀ ਸਾਡੇ ਕੋਲ ਹੋਊਗਾ ਵਾਧੂ ਕਿਸੇ ਨੂੰ ਮੁੱਲ ਦੇਵਾਂਗੇ ਨਹੀਂ ਤਾਂ ਨਹੀਂ ਜੀ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਕੋਲ ਆਪਣੇ ਕੋਲ ਪਾਣੀ ਪੀਣ ਨੂੰ ਹੈ ਨਹੀਂ ਅਸਲੀ ਪਾਣੀ ਜੀ ਤੁਹਾਨੂੰ ਲੱਗਦਾ ਕਿ ਜਿਹੜੇ ਸਾਡੇ ਸਾਡੇ ਸੂਬੇ ਦੇ ਵਿੱਚ ਸਿਆਸਤਦਾਨ ਨੇ ਉਹ ਸਿਰਫ ਵੋਟ ਦੀ ਰਾਜਨੀਤੀ ਕਰਕੇ ਇਸ ਮਸਲੇ ਨੂੰ ਚੱਕਦੇ ਹਨ ਲੇਕਿਨ ਗੰਭੀਰ ਕੋਈ ਵੀ ਨਹੀਂ ਹੈ ਇਸ ਮੁੱਦੇ ਦੇ ਉੱਤੇ ਗੰਭੀਰ ਹੋ ਜਾਊਗਾ ਜੀ ਹੌਲੀ ਹੌਲੀ ਜਦੋਂ ਮਰੂਗੇ ਪੁੱਠੇ ਕੰਮ ਕਰੂਗੇ ਜੀ ਜੀ ਪੁੱਠੇ ਹੀ ਕਰਦੇ ਆ ਇਹ ਅੱਜ ਤੱਕ ਨਹੀਂ ਸਿੱਧਾ ਤਾਂ ਕੋਈ ਕੀਤਾ ਨਹੀਂ ਜੀ 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 ਬਹੁਤ ਬਹੁਤ ਪਾਣੀ ਦੇ ਤਾਂ ਉੱਧਰ ਨੂੰ ਰਾਜਸਥਾਨ ਨੂੰ ਦੇਈ ਜਾਂਦੇ ਮੁਫਤ ਉੱਥੋਂ ਪੱਥਰ ਲਈ ਆਉਂਦੇ ਆ ਮੁੱਲ ਜੀ 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 ਬਹੁਤ ਬਹੁਤ ਧੰਨਵਾਦ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ ਉਹਨਾਂ ਦੇ ਵੀ ਕਾਲਸ ਲੈ ਲਈਏ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਬਿਲਕੁਲ ਸਮੇਂ ਤੇ ਤਰੀਕਾਂ ਤੇ ਤਰੀਕਾਂ ਮਿਲ ਰਹੀਆਂ ਲੇਕਿਨ ਹਜੇ ਤੱਕ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਬਈ ਪਾਣੀਆਂ ਦੇ ਮੁੱਦੇ ਨੂੰ ਵੀ ਪਾਣੀਆਂ ਦੇ ਮਸਲੇ ਨੂੰ ਵੀ ਸੁਲਝਾ ਲਓ ਲੇਕਿਨ ਉਹ ਹਜੇ ਤੱਕ ਨਹੀਂ ਸੁਲਝ ਰਿਹਾ ਕਿਤੇ ਨਾ ਕਿਤੇ ਵਾਕਈ ਅਜਿਹੀ ਕੋਈ ਗੱਲ ਹੈ ਜੇਕਰ ਤੁਸੀਂ ਵੀ ਆਪਣੇ ਸੁਝਾਵ ਮੈਨੂੰ ਦੇਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ ਔਰ ਇਸ ਮੁੱਦੇ ਦੇ ਉੱਤੇ ਕੀ ਤੁਹਾਨੂੰ ਲੱਗਦਾ ਹੈ ਕਿ ਕੀ ਕੰਕਲੂਜਨ ਅਸੀਂ ਕੱਢ ਸਕਦੇ ਹਾਂ ਕੀ ਇੱਕ ਆਪਾਂ ਰੋਡ ਮੈਪ ਕੱਢ ਸਕਦੇ ਹਾਂ ਬਿਕੋਜ਼ ਆਈ ਥਿੰਕ ਵਿਦੇਸ਼ਾਂ ਦੇ ਵਿੱਚ ਸਾਡੇ ਇੰਟਲੈਕਚੁਅਲ ਵਰਗ ਬੈਠਿਆ ਹੋਇਆ ਔਰ ਤੁਸੀਂ ਮੈਨੂੰ ਕਾਲ ਕਰਦੇ ਹੋ ਔਰ ਮੈਨੂੰ ਵਾਕਈ ਹੀ ਤੁਹਾਡੇ ਸੁਝਾਵ ਸਮਝ ਆਉਂਦੇ ਨੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਸੁਝਾਵਾਂ ਨੂੰ ਅਸੀਂ ਜ਼ਰੂਰ ਮਿਨਿਸਟਰੀ ਦੇ ਕੋਲ ਭੇਜੀਏ ਔਰ ਐਂਡ ਦੇ ਕੈਨ ਲੁੱਕ ਇਨ ਟੂ ਦੈਟ ਮੈਟਰ ਐਂਡ ਦੇ ਸ਼ੁੱਡ ਥਿੰਕ ਦੈਟ ਵੀ ਆਰ ਸੀਰੀਅਸ ਔਨ ਦਿਸ ਇਸ਼ੂ ਆਈ ਵਿਲ ਬੀ ਰਾਈਟ ਬੈਕ ਆਫਟਰ ਦਿਸ ਸ਼ੋਰਟ ਬ੍ਰੇਕ ਨਿੱਕੇ ਜਿਹੇ ਵਕਫੇ ਤੋਂ ਬਾਅਦ ਵਾਪਸ ਆ ਰਹੇ ਹਾਂ